ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆ ਗਏ ਆ ਜੀ ਨਵੀਂ ਵੀਡੀਓ ਮਲਟੀਪਲ ਹੈਲਥ ਵਰਕਰ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਸੰਬੰਧ ਵਿੱਚ ਅੱਜ ਦੀ ਆਪਣੀ ਇਹ ਵੀਡੀਓ ਕੱਲੇ ਮਲਟੀਪਲ ਹੈਲਥ ਵਰਕਰ ਨਹੀਂ ਹੋਰ ਵੀ ਸਾਰੇ ਹੀ ਸਰਕਾਰੀ ਪੇਪਰ ਜਿਵੇਂ ਸਟਾਫ ਨਰਸ ਪੈਰਾਮੈਡੀਕਲ ਸਟਾਫ ਜਿੰਨੇ ਵੀ ਹੁੰਦੇ ਉਹਨਾਂ ਸਾਰਿਆਂ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਕੋਵਿਡ ਨਾਲ ਰਿਲੇਟਡ ਕਾਫੀ ਆਪਾਂ ਕੁਐਸਚਨ ਲੈ ਕੇ ਆਏ ਆ ਤੇ ਇਹ ਹਰ ਇੱਕ ਸਰਕਾਰੀ ਪੇਪਰ ਹੁੰਦਾ ਜਿਹੜਾ ਹਰੇਕ ਦੇ ਵਿੱਚ ਇਹ ਪੁੱਛੇ ਜਾਂਦੇ ਆ ਪਿਛਲੇ 2-3 ਸਾਲਾਂ ਤੋਂ ਜਿੰਨੇ ਵੀ ਐਗਜ਼ਾਮ ਹੋਇਆ ਇਹਨਾਂ ਵਿੱਚੋਂ 2-3 ਜਾਂ 4 ਕੁਐਸਚਨ ਜ਼ਰੂਰ ਪੇਪਰ ਦੇ ਵਿੱਚ ਆਉਂਦੇ ਆ ਸੋ ਵੀਡੀਓ ਨੂੰ ਐਂਡ ਤੱਕ ਪੂਰੇ ਧਿਆਨ ਨਾਲ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕੁਐਸਟ ਇਹ ਹੈ ਜਿਹੜੇ ਸਟੂਡੈਂਟ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਵੋ ਜੀ ਤੇ ਨਾਲ ਦੀ ਨਾਲ ਆਪਣੇ ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਦੇ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਣਗੇ ਉਹਨਾਂ ਨੂੰ ਵੀ ਜ਼ਰੂਰ ਜੁਆਇਨ ਤੇ ਫਾਲੋ ਕਰ ਲਿਆ ਕਰੋ ਤੇ ਮੈਂ ਦੱਸਣਾ ਚਾਹੁੰਨਾ ਕਿ ਜਿਹੜੇ ਬੱਚੇ ਸਟਾਫ ਨਰਸ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਆ ਉਹ ਆਪਣੇ ਦੂਸਰੇ ਚੈਨਲ ਨਰਸਿੰਗ ਕੈਰੀਅਰ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਊਗਾ ਉਸਤੇ ਜਾ ਕੇ ਤਿਆਰੀ ਕਰ ਸਕਦੇ ਆ ਉਸਤੇ ਰੈਗੂਲਰ ਵੀਡੀਓਜ਼ ਅਪਲੋਡ ਹੁੰਦੀਆਂ ਨੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਹਾਂਜੀ ਨੰਬਰ 1 ਤੇ ਕੁਐਸਚਨ ਹੈ ਜੀ कोरोना बारे ਜਾਗਰੂਕਤਾ ਫੈਲਾਉਣ ਲਈ ਪੰਜਾਬ ਨੇ ਕਿਹੜੀ ਐਪ ਚਲਾਈ ਸੀ ਯਾਨੀ ਪੰਜਾਬ ਸਰਕਾਰ ਨੇ ਕਿਹੜੀ ਐਪ ਚਲਾਈ ਆ করোনা ਬਾਰੇ ਜਾਗਰੂਕਤਾ ਫੈਲਾਉਣ ਲਈ অপਸ਼ਨ ਤੁਹਾਡੇ ਸਾਹਮਣੇ ਆ ਨੰਬਰ 1 ਕੋਵਿਡ ਪੰਜਾਬ ਨੰਬਰ 2 ਕੋ ਪੰਜਾਬ ਨੰਬਰ 3 ਕੋਵਾ ਪੰਜਾਬ ਜਾਂ ਨੰਬਰ 4 ਕੋਵਿਕ ਪੰਜਾਬ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ 3 ਯਾਨੀ ਕਿ ਜਿਹੜਾ ਕੋਵਾ ਪੰਜਾਬ ਨਾਮ ਦਾ ਐਪ ਸੀ ਉਹ ਪੰਜਾਬ ਸਰਕਾਰ ਦੁਆਰਾ করোনা ਵਾਇਰਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਚਲਾਇਆ ਗਿਆ ਸੀ ਹਾਂਜੀ ਨੰਬਰ 2 ਤੇ ਕੁਐਸਚਨ ਮੋਸਟ ਇੰਪੋਰਟੈਂਟ ਕੁਐਸਚਨ ਹਰ ਇੱਕ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਂਦਾ ਵਾ ਕੁਐਸਚਨ ਕਿ ਭਾਰਤ ਵਿੱਚ ਲੋਕਡਾਊਨ ਕਦੋਂ ਲਗਾਇਆ ਗਿਆ ਸੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਨੰਬਰ 1 20 ਮਾਰਚ 2020 ਨੰਬਰ 2 21 ਮਾਰਚ 2020 ਨੰਬਰ 3 22 ਮਾਰਚ 2020 ਜਾਂ ਨੰਬਰ 4 23 ਮਾਰਚ 2020 ਸੋ ਜਿਹੜਾ ਭਾਰਤ ਵਿੱਚ ਕਰੋਨਾ ਕਰਕੇ ਲੋਕਡਾਊਨ ਲਾਇਆ ਗਿਆ ਸੀ ਉਹ ਲਾਇਆ ਗਿਆ ਸੀ ਜੀ অপਸ਼ਨ ਨੰਬਰ 3 ਯਾਨੀ ਕਿ 22 ਮਾਰਚ 2020 ਨੂੰ ਲਾਇਆ ਗਿਆ ਸੀ ਸੋ ਵਧਦੇ ਆ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਭਾਰਤ ਦੇ ਕਿਸ ਰਾਜ ਨੇ ਸਭ ਤੋਂ ਪਹਿਲਾਂ ਲੋਕਡਾਊਨ ਲਾਇਆ ਸੀ ਸੋ অপਸ਼ਨ ਨੇ ਜੀ ਨੰਬਰ 1 ਤੇ ਪੰਜਾਬ ਨੰਬਰ 2 ਹਰਿਆਣਾ ਨੰਬਰ 3 ਰਾਜਸਥਾਨ ਜਾਂ ਨੰਬਰ 4 ਕੇਰਲ ਸੋ ਇਹਨਾਂ ਵਿੱਚੋਂ ਜਿਹੜਾ ਰਾਜਸਥਾਨ ਸੀਗਾ ਇਸ ਨੇ ਸਭ ਤੋਂ ਪਹਿਲਾਂ ਲਾਕਡਾਊਨ ਲਾਇਆ ਸੀ ਠੀਕ ਹੈ ਜੀ ਕਰੋਨਾ ਕਰਕੇ ਸੋ অপਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ ਇੱਥੇ ਦੋ ਪੁਆਇੰਟ ਹੋਰ ਨੋਟ ਕਰਨ ਵਾਲੇ ਆ ਕਿ ਜਿਹੜਾ ਪੰਜਾਬ ਸੀਗਾ ਇਹਨੇ ਸਭ ਤੋਂ ਪਹਿਲਾਂ ਕਰਫਿਊ ਲਗਾਇਆ ਸੀਗਾ ਤੇ ਜਿਹੜਾ ਹਰਿਆਣਾ ਸੀਗਾ ਇਹਨੇ ਸਭ ਤੋਂ ਪਹਿਲਾਂ ਕੋਵਿਡ 19 ਨੂੰ ਮਹਾਮਾਰੀ ਘੋਸ਼ਿਤ ਕਰਤਾ ਸੀ ਪਰ ਜਿਹੜਾ ਲਾਕਡਾਊਨ ਲਾਇਆ ਸੀ ਸਭ ਤੋਂ ਪਹਿਲਾਂ ਉਹ ਰਾਜਸਥਾਨ ਨੇ ਲਗਾਇਆ ਸੀ ਕੁਐਸਚਨ ਨੰਬਰ 4 कोरोना वायरस ਨੂੰ ਮਹਾਮਾਰੀ ਸਭ ਤੋਂ ਪਹਿਲਾਂ ਕਿਸ ਰਾਜ ਨੇ ਘੋਸ਼ਿਤ ਕੀਤਾ ਸੋ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਜਿਹੜਾ ਹਰਿਆਣਾ ਰਾਜ ਸੀਗਾ ਇਹਨੇ ਕੋਰੋਨਾ ਵਾਇਰਸ ਨੂੰ ਕੋਵਿਡ ਨੂੰ ਸਭ ਤੋਂ ਪਹਿਲਾਂ ਮਹਾਮਾਰੀ ਘੋਸ਼ਿਤ ਕਰਤਾ ਸੀਗਾ ਠੀਕ ਹੈ ਜੀ ਸੋ ਵਾਦਿਆ ਨੈਕਸਟ ਕੁਐਸਚਨ ਨੰਬਰ 5 ਵਾਲਾ ਹਾਂਜੀ ਕਿਹੜੇ ਰਾਜ ਨੇ ਕੋਰੋਨਾ ਵਾਇਰਸ ਕਰਕੇ ਸਭ ਤੋਂ ਪਹਿਲਾਂ ਕਰਫਿਊ ਲਗਾਇਆ ਸੋ ਆਪਸ਼ਨ ਤੁਹਾਡੇ ਕੋਲ ਨੇ ਜੀ ਹਰਿਆਣਾ ਹਿਮਾਚਲ ਰਾਜਸਥਾਨ ਜਾਂ ਪੰਜਾਬ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਜਿਹੜਾ ਕਰਫਿਊ ਲਗਾਇਆ ਸੀਗਾ ਉਹ ਸਭ ਤੋਂ ਪਹਿਲਾਂ ਪੰਜਾਬ ਨੇ ਲਗਾਇਆ ਸੀਗਾ ਸੋ ਇਹ ਜਿਹੜੇ ਤਿੰਨ ਕੁਐਸਚਨ ਆਪਾਂ ਹੁਣ ਕੀਤੇ ਆ ਇਹਨਾਂ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਹੈਗਾ ਇਹਨਾਂ ਨੂੰ ਕਲੀਅਰਲੀ ਨੋਟ ਕਰ ਲਵੋ ਕਿ ਸਭ ਤੋਂ ਪਹਿਲਾਂ ਲੋਕਡਾਊਨ ਰਾਜਸਥਾਨ ਨੇ ਲਾਇਆ ਸਭ ਤੋਂ ਪਹਿਲਾਂ ਕਰਫਿਊ ਪੰਜਾਬ ਨੇ ਲਗਾਇਆ ਤੇ ਸਭ ਤੋਂ ਪਹਿਲਾਂ ਕੋਵਿਡ ਨੂੰ ਮਹਾਮਾਰੀ ਹਰਿਆਣੇ ਨੇ ਘੋਸ਼ਿਤ ਕੀਤਾ ਇਹ ਜੀ ਕਨਫਿਊਜ਼ਨ ਬਹੁਤ ਹੁੰਦੀ ਆ ਸੋ ਇਹਨਾਂ ਨੂੰ ਜੰਗੀ ਤਰ੍ਹਾਂ ਨੋਟ ਕਰ ਲਿਓ ਕੁਐਸਚਨ ਨੰਬਰ 6 ਹਾਂਜੀ ਕਰੋਨਾ ਵਾਇਰਸ ਚੀਨ ਦੇ ਕਿਹੜੇ ਸ਼ਹਿਰ ਤੋਂ ਫੈਲਿਆ ਸੋ ਇਹ ਆਪਾਂ ਕੱਲ ਵੀ ਸ਼ਾਇਦ ਇਹ ਕੁਐਸਚਨ ਕੀਤਾ ਸੀ ਕਿ ਜਿਹੜਾ ਕਰੋਨਾ ਵਾਇਰਸ ਹੈਗਾ ਇਹ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਸੀਗਾ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਠੀਕ ਹੈ ਜੀ ਸੋ ਵਧਦੇ ਆਂ ਕੁਐਸਚਨ ਨੰਬਰ 7 ਵੱਲ ਹਾਂਜੀ 7 ਨੰਬਰ ਕੁਐਸਚਨ ਆ ਜੀ ਕਰੋਨਾ ਵਾਇਰਸ ਦਾ ਟੀਕਾ ਕਿਹੜਾ ਹੈ ਆਪਸ਼ਨ ਨੇ ਨੰਬਰ 1 ਤੇ BCG ਨੰਬਰ 2 ਤੇ ਹੈਪੇਟਾਈਟਸ ਨੰਬਰ 3 ਤੇ ਕੋਵਿਕ ਜਾਂ ਨੰਬਰ 4 ਤੇ ਨੋਨ ਸੋ ਇਸ ਦਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ 4 ਕਿ ਇਹਨਾਂ ਵਿੱਚੋਂ ਕਰੋਨਾ ਵਾਇਰਸ ਦਾ ਟੀਕਾ ਕੋਈ ਵੀ ਨਹੀਂ ਹੈ ਸੋ ਵਾਦਿਆ ਨੈਕਸਟ ਕੁਐਸਚਨ ਕੁਐਸਚਨ ਨੰਬਰ 8 ਕਰੋਨਾ ਵਾਇਰਸ ਦੇ ਟੈਸਟ ਦਾ ਕੀ ਨਾਮ ਹੈ ਇਹ ਮੋਸਟ ਇੰਪੋਰਟੈਂਟ ਕੁਐਸਚਨ ਆ ਬਹੁਤ ਸਾਰੇ ਪੇਪਰਾਂ ਚ ਪੁੱਛਿਆ ਜਾਂਦਾ অপਸ਼ਨ ਨੇ ਜੀ ਆਰਟੀਪੀਸੀਆਰ অপশন নাম্বার 2 আর টি পি ভি আর অপশন নাম্বার 3 আর টি পি আই আর অপশন নাম্বার 4 আর টি এম ও পি সো ਇਸ ਦਾ রাইট आंसर हो ਜਾਵੇਗਾ ਜੀ ਨੰਬਰ 1 ਤੇ আর টি ਪੀ ਸੀ আর ਵੈਸੇ ਮੈਡੀਕਲ ਫੀਲਡ ਵਾਲੇ ਬੱਚਿਆਂ ਨੂੰ ਪਤਾ ਹੀ ਹੋ ਉਹਨਾਂ ਨੇ ਬਹੁਤ ਸਾਰੇ ਟੈਸਟ ਕੀਤੇ ਹੋਣੇ ਆ ਹਾਂਜੀ অপশন ਕੁਐਸਚਨ ਨੰਬਰ 9 ਭਾਰਤ ਵਿੱਚ ਪਹਿਲਾ ਕਰੋਨਾ ਹਸਪੀਟਲ ਕਿੱਥੇ ਖੋਲਿਆ ਗਿਆ অপশন ਨੇ ਜੀ ਨੰਬਰ 1 ਕੋਲਕਾਤਾ ਨੰਬਰ 2 ਬੰਗਲੌਰ ਨੰਬਰ 3 ਦਿੱਲੀ ਜਾਂ ਨੰਬਰ 4 ਮੁੰਬਈ ਸੋ ਜਿਹੜਾ ਪਹਿਲਾ ਕਰੋਨਾ ਹਸਪੀਟਲ ਸੀ ਉਹ ਮੁੰਬਈ ਵਿੱਚ ਖੋਲਿਆ ਗਿਆ ਸੀ ਠੀਕ ਹੈ ਜੀ অপਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹਾਂਜੀ 10 ਨੰਬਰ ਕੁਐਸਚਨ ਕਰੋਨਾ ਵਾਇਰਸ ਸਰੀਰ ਦੇ ਕਿਸ ਅੰਗ ਨੂੰ ਪ੍ਰਭਾਵਿਤ ਕਰਦਾ ਹੈ ਜਾਂ ਜ਼ਿਆਦਾ ਪ੍ਰਭਾਵਿਤ ਕਰਦਾ ਪ੍ਰਭਾਵਿਤ ਤਾਂ ਸਾਰਿਆਂ ਨੂੰ ਕਰਦਾ ਪਰ ਜ਼ਿਆਦਾ ਕਿਹਨੂੰ ਪ੍ਰਭਾਵਿਤ ਕਰਦਾ ਆਪਸ਼ਨ ਨੇ ਨੰਬਰ 1 ਦਿਲ ਨੰਬਰ 2 ਨੱਕ ਨੰਬਰ 3 ਫੇਫੜੇ ਜਾਂ ਨੰਬਰ 4 ਲੀਵਰ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 3 ਫੇਫੜੇ ਕਿਉਂਕਿ ਇਹ ਫੇਫੜਿਆਂ ਤੇ ਜ਼ਿਆਦਾ ਅਸਰ ਪਾਉਂਦਾ ਸਾਹ ਲੈਣ ਦੇ ਵਿੱਚ ਦਿੱਕਤ ਜ਼ਿਆਦਾ ਆਉਂਦੀ ਹੈ ਸੋ ਇਸ ਕਰਕੇ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹਾਂਜੀ ਪਹਿਲੀ ਵਾਰ ਕਰੋਨਾ ਵਾਇਰਸ ਦੀ ਪਹਿਚਾਣ ਕਦੋਂ ਹੋਈ ਸੀ ਸੋ ਆਪਸ਼ਨ ਨੇ ਜੀ ਨੰਬਰ 1 1950 ਨੰਬਰ 2 1960 ਨੰਬਰ 3 1970 ਜਾਂ ਨੰਬਰ 4 1990 ਸੋ ਇਹਨਾਂ ਦੇ ਵਿੱਚੋਂ ਰਾਈਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ 2 1960 ਵਿੱਚ ਫਸਟ ਟਾਈਮ ਜਿਹੜਾ ਕਰੋਨਾ ਵਾਇਰਸ ਹੈ ਦੀ ਪਛਾਣ ਕੀਤੀ ਗਈ ਸੀ ਹਾਂਜੀ ਕੁਐਸਚਨ ਨੰਬਰ 12 ਕਿ ਸ਼ੁੱਧ ਲਹੂ ਆ ਜਿਹੜਾ ਸ਼ੁੱਧ ਲਹੂ ਦਾ ਰੰਗ ਕਿਹੜਾ ਹੁੰਦਾ ਹੈ ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਨੰਬਰ 1 ਲਾਲ ਨੰਬਰ 2 ਨੀਲਾ ਨੰਬਰ 3 ਪੀਲਾ ਜਾਂ ਨੰਬਰ 4 ਚਿੱਟਾ ਸੋ ਸਾਰੇ ਸਟੂਡੈਂਟਸ ਨੂੰ ਇਸ ਦਾ ਆਨਸਰ ਪਤਾ ਹੀ ਹੋਵੇਗਾ ਕਿ ਸ਼ੁੱਧ ਲਹੂ ਦਾ ਰੰਗ ਹੈ ਜਿਹੜਾ ਉਹ ਲਾਲ ਹੁੰਦਾ ਹੈ ਹਾਂਜੀ ਕੁਐਸਚਨ ਨੰਬਰ 13 ਮਨੁੱਖ ਦੇ ਖੂਨ ਦਾ ਪੀ ਐਚ ਮਾਨ ਕਿੰਨਾ ਹੁੰਦਾ ਹੈ ਸੋ অপਸ਼ਨ ਤੁਹਾਡੇ ਸਾਹਮਣੇ ਆ ਜੀ ਨੰਬਰ 1 7.4 ਨੰਬਰ 2 6.4 ਨੰਬਰ 3 5.2 ਐਂਡ ਨੰਬਰ 4 3.5 ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਮਨੁੱਖ ਦੇ ਸਰੀਰ ਦਾ ਜਿਹੜਾ ਪੀ ਐਚ ਮਾਨ ਆ ਉਹ 7.4 ਹੁੰਦਾ ਹੈ ਅਤੇ ਲਾਰ ਦਾ ਜੇ ਪੁੱਛਿਆ ਜਾਵੇ ਪੀ ਐਚ ਮਾਨ ਤਾਂ ਉਹ 6.4 ਹੁੰਦਾ ਹੈ ਨੈਕਸਟ ਕੁਐਸਚਨ ਨੰਬਰ 14 ਹਾਂਜੀ ਕਰੋਨਾ ਵਾਇਰਸ ਕਿਵੇਂ ਫੈਲਦਾ ਹੈ ਨੰਬਰ 1 ਹਵਾ ਰਾਹੀਂ ਨੰਬਰ 2 ਪਾਣੀ ਰਾਹੀਂ ਨੰਬਰ 3 ਭੋਜਨ ਰਾਹੀਂ ਜਾਂ ਨੰਬਰ 4 ਨੇੜਲੇ ਸੰਪਰਕ ਰਾਹੀਂ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੋਵੇਗਾ ਕਿ ਨੇੜਲੇ ਸੰਪਰਕ ਰਾਹੀਂ ਇਹ ਜਿਹੜਾ ਕਰੋਨਾ ਵਾਇਰਸ ਹੈ ਇਹ ਫੈਲਦਾ ਹੈ। ਵੈਸੇ ਹਵਾ ਰਾਹੀਂ ਵੀ ਫੈਲਦਾ ਪਰ ਇੱਥੇ ਤੁਹਾਡਾ ਆਨਸਰ ਨੇੜਲੇ ਸੰਪਰਕ ਰਾਹੀਂ ਹੋਵੇਗਾ। ਸੋ ਕੁਐਸਚਨ ਨੰਬਰ 15 ਕਰੋਨਾ ਵਾਇਰਸ ਕਾਰਨ ਕਿਹੜਾ ਦੇਸ਼ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ? ਸੋ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਨੰਬਰ 1 ਚੀਨ, ਨੰਬਰ 2 ਇਟਲੀ, ਨੰਬਰ 3 ਜਾਪਾਨ, ਨੰਬਰ 4 ਅਮਰੀਕਾ। ਇਹ ਸਾਰੇ ਹੀ ਦੇਸ਼ ਕਰੋਨਾ ਤੋਂ ਕਾਫੀ ਪ੍ਰਭਾਵਿਤ ਹੋਇਆ ਪਰ ਜਿਹੜਾ ਸਭ ਤੋਂ ਜ਼ਿਆਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਉਹ ਸੀ ਅਮਰੀਕਾ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਸੀਗੀਆਂ ਕਰੋਨਾ ਵਾਇਰਸ ਕਰਕੇ ਸੋ ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਹਾਂਜੀ ਕੁਐਸਚਨ ਨੰਬਰ 16 ਕਰੋਨਾ ਵਾਇਰਸ ਦੇ ਲੱਛਣ ਹਨ ਨੰਬਰ 1 ਤੇਜ਼ ਬੁਖਾਰ ਨੰਬਰ 2 ਖੰਘ ਨੰਬਰ 3 ਥਕਾਵਟ ਅਤੇ ਸਾਹ ਦੀ ਕਮੀ ਅਤੇ ਨੰਬਰ 4 ਉਪਰੋਕਤ ਸਾਰੇ ਸੋ ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਉਪਰੋਕਤ ਸਾਰੇ ਇਹ ਸਾਰੇ ਹੀ ਕਰੋਨਾ ਵਾਇਰਸ ਦੇ ਲੱਛਣ ਹਨ ਤੇਜ਼ ਬੁਖਾਰ ਖੰਘ ਥਕਾਵਟ ਸਾਹ ਦੀ ਕਮੀ ਇਹ ਸਾਰੇ ਹੀ ਲੱਛਣ ਨੇ ਠੀਕ ਹੈ ਜੀ ਨੰਬਰ ਕੁਐਸਚਨ ਨੰਬਰ 17 WHO ਕੀ ਹੈ ਨੰਬਰ 1 ਹੈ ਜੀ World Health Organization ਨੰਬਰ 2 World Health Department ਨੰਬਰ 3 World Health Council ਜਾਂ ਨੰਬਰ 4 all of the above ਸੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਵੀ ਬਹੁਤ ਵਾਰ ਰਿਪੀਟ ਹੁੰਦਾ ਐ ਐਗਜ਼ਾਮਸ ਦੇ ਵਿੱਚ ਸੋ ਇਸ ਦਾ ਰਾਈਟ ਆਨਸਰ ਆ ਨੰਬਰ 1 World Health Organization ਸੋ WHO World Health Organization ਆ ਤੇ ਇਹਦਾ ਜਿਹੜਾ ਹੈੱਡਕੁਆਟਰ ਆ ਉਹ ਜਿਨੀਵਾ ਸਵਿਟਜ਼ਰਲੈਂਡ ਵਿੱਚ ਹੈ ਹਾਂਜੀ ਨੈਕਸਟ ਕੁਐਸਚਨ WHO ਦਾ ਹੈੱਡਕੁਆਟਰ ਕਿੱਥੇ ਆ ਮੈਂ ਪਹਿਲਾਂ ਹੀ ਹੁਣੇ ਹੀ ਦੱਸ ਕੇ ਛੱਡਿਆ ਕਿ ਸਵਿਟਜ਼ਰਲੈਂਡ ਦੇ ਜਿਨੀਵਾ ਠੀਕ ਹੈ ਜੀ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੋਵੇਗਾ ਇਹ ਕੁਐਸਚਨ ਰਿਪੀਟ ਹੋਣ ਦੇ ਬਹੁਤ ਚਾਂਸ ਆ ਤੇ ਇਹਦੇ ਵਿੱਚ ਤੁਹਾਡੇ ਆਪਸ਼ਨ ਦੇ ਵਿੱਚ ਜਨੇਵਾ ਵੀ ਆ ਸਕਦਾ ਤੇ ਸਵਿਟਜ਼ਰਲੈਂਡ ਵੀ ਆ ਸਕਦਾ ਹੈ ਸੋ ਇਹ ਦੋਨੋਂ ਰਾਈਟ ਆਨਸਰ ਹੋਣਗੇ ਹਾਂਜੀ World Health Day ਕਦੋਂ ਮਨਾਇਆ ਜਾਂਦਾ ਹੈ ਇਹ ਕੁਐਸਚਨ ਵੀ ਆਪਾਂ ਪਹਿਲਾਂ ਕਰ ਚੁੱਕੇ ਹਾਂ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 2 ਯਾਨੀ ਕਿ 7 ਅਪ੍ਰੈਲ ਨੂੰ ਜਿਹੜਾ World Health Day ਆ ਉਹ ਮਨਾਇਆ ਜਾਂਦਾ ਹੈ ਨੈਕਸਟ ਕੁਐਸਚਨ ਨੰਬਰ B COVID-19 ਲਈ ਕੋਸ਼ਿਸ਼ ਕੀਤੇ ਗਏ ਪੈਕੇਜ ਦਾ ਉਦੇਸ਼ ਹੈ ਹਾਂਜੀ ਨੰਬਰ 1 ਮੇਕ ਇੰਡੀਆ ਮਹਿੰਮ ਨੰਬਰ 2 ਆਤਮ ਨਿਰਭਰ ਭਾਰਤ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਕੋਵਿਡ 19 ਲਈ ਕੋਸ਼ਿਸ਼ ਕੀਤੇ ਗਏ ਪੈਕੇਜ ਦਾ ਕੀ ਉਦੇਸ਼ ਆ ਸੋ ਇਹਦਾ ਰਾਈਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 3 ਇਹ ਦੋਨੇ ਹੀ ਆ ਠੀਕ ਹੈ ਜੀ ਮੇਕ ਇੰਡੀਆ ਮਹਿੰਮ ਅਤੇ ਆਤਮ ਨਿਰਭਰ ਭਾਰਤ ਵਾਦਿਆਂ ਨੈਕਸਟ ਕੁਐਸਚਨ ਨੰਬਰ 21ਵਲ ਹਾਂਜੀ ਇੱਕ ਮਰਦਾ ਘਰ ਵਿੱਚ লাশ ਕਿੰਨੇ ਘੰਟੇ ਰਹਿ ਸਕਦੀ ਹੈ ਸੋ অপਸ਼ਨ ਤੁਹਾਡੇ ਸਾਹਮਣੇ ਆ ਜੀ ਨੰਬਰ 1 24 ਘੰਟੇ ਨੰਬਰ 2 48 ਘੰਟੇ ਨੰਬਰ 3 52 ਘੰਟੇ ਜਾਂ ਨੰਬਰ 4 72 ਘੰਟੇ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਇੱਕ ਮਰਦਾ ਘਰ ਵਿੱਚ ਜਿਹੜੀ লাশ ਹੈ ਇਹ 48 ਘੰਟੇ ਤੱਕ ਰਹਿ ਸਕਦੀ ਆ ਸੋ ਇੱਥੇ ਮੈਂ ਇੱਕ ਗੱਲ ਕਰਨੀ ਚਾਹੁੰਨਾ ਵਾਂ ਕਿ ਕਈ ਵਾਰੀ ਨਾ ਕਿਸੇ ਕੁਐਸਚਨ ਦੇ ਆਨਸਰ ਦੇ ਵਿੱਚ ਕਨਫਿਊਜ਼ਨ ਹੁੰਦੀ ਆ ਜੇ ਕਿਸੇ ਕੈਂਡੀਡੇਟ ਨੂੰ ਇਦਾਂ ਲੱਗਦਾ ਵਾ ਤਾਂ ਉਹ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਦਿਆ ਕਰੋ ਕਿ ਇਹਦਾ ਆਨਸਰ ਆ ਜਿਹੜਾ ਇਹ ਨਹੀਂ ਇਹ ਹੋ ਸਕਦਾ ਵਾ ਤੋ ਆਪਾਂ ਉਸ ਕੁਐਸਚਨ ਦਾ ਆਨਸਰ ਆ ਜਿਹੜਾ ਬਾਅਦ ਵਿੱਚ ਡਿਟੇਲ ਦੇ ਵਿੱਚ ਆਪਾਂ ਚੈੱਕ ਕਰ ਲਿਆ ਕਰਾਂਗੇ ਠੀਕ ਹੈ ਜੀ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਆ ਸੋ ਵਧਦੇ ਆ 22 ਨੰਬਰ ਕੁਐਸਚਨ ਵੱਲ ਹਾਂਜੀ ਜੇਕਰ ਆਕਸੀਜਨ ਨਾਬ ਚਾਲੂ ਹੈ ਤਾਂ ਡੈਸ਼ ਕਰਨਾ ਵਰਜਿਤ ਹੈ ਨੰਬਰ 1 ਆ ਜੀ ਸੋਨਾ ਨੰਬਰ 2 ਖਾਣਾ ਨੰਬਰ 3 ਤੰਬਾਕੂ ਨੋਸ਼ੀ ਜਾਂ ਨੰਬਰ 4 ਸਾਰੇ ਸੋ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ 3 ਤੰਬਾਕੂ ਨੋਸ਼ੀ ਕਰਨੀ ਮਨਾ ਹੁੰਦੀ ਆ ਜੇਕਰ ਆਕਸੀਜਨ ਨਾਬ ਚਾਲੂ ਹੈ ਠੀਕ ਹੈ ਜੀ ਕੁਐਸਚਨ ਨੰਬਰ 23 ਹਾਂਜੀ ਇਹ ਵੀ ਇੰਪੋਰਟੈਂਟ ਕੁਐਸਚਨ ਆ ਕਿ ਰਿਗਜ਼ ਵਾਰਡ ਕਿੱਥੇ ਅਤੇ ਕਦੋਂ ਬਣਾਇਆ ਗਿਆ ਨੰਬਰ 1 1910 ਵਿੱਚ ਰਿਗ ਹਸਪਤਾਲ ਕੋਪਨ ਹੈगन ਵਿੱਚ ਨੰਬਰ 2 1905 ਵਿੱਚ ਲੰਡਨ ਹਸਪਤਾਲ ਵਿੱਚ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ 1 ਜਿਹੜਾ ਰਿਗਜ਼ ਵਾਰਡ ਸੀ ਇਹ 1910 ਵਿੱਚ ਰਿਗ ਹਸਪਤਾਲ ਵਿੱਚ ਕੋਪਨ ਹੈगन ਯਾਨੀ ਕਿ ਇੰਗਲੈਂਡ ਵਿੱਚ ਬਣਾਇਆ ਗਿਆ ਸੀ ਸੋ ਨੈਕਸਟ ਕੁਐਸਚਨ ਹਾਂਜੀ ਨਾਈਟਿੰਗੇਲ ਨਾਈਟਿੰਗੇਲ ਵਾਰਡ ਵਿੱਚ ਕਿੰਨੇ ਬੈੱਡ ਹੁੰਦੇ ਹਨ অপਸ਼ਨ ਤੁਹਾਡੇ ਸਾਹਮਣੇ ਆ ਨੰਬਰ 1 25 ਤੋਂ 30 ਨੰਬਰ 2 5 ਤੋਂ 10 ਨੰਬਰ 3 20 ਤੋਂ 25 ਨੰਬਰ 4 10 ਤੋਂ 20 ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਜਿਹੜੀ ਨਾਈਟਿੰਗੇਲ ਵਾਰਡ ਹੈ ਇਹਦੇ ਵਿੱਚ 25 ਤੋਂ 30 ਬੈੱਡ ਹੁੰਦੇ ਹਨ ਕੁਐਸਚਨ ਨੰਬਰ 25 ਹਾਂਜੀ ਮਰੀਜ਼ ਨੂੰ ਸਮੇਂ ਸਿਰ ਦਵਾਈਆਂ ਦੇਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ਇਹ ਤਾਂ ਸੌਖਾ ਹੀ ਕੁਐਸਚਨ ਆ ਨੰਬਰ 1 ਸਟਾਫ ਨਰਸ ਨੰਬਰ 2 ਡਾਕਟਰ ਨੰਬਰ 3 ਡਾਇਰੈਕਟਰ ਨੰਬਰ 4 ਵਾਰਡ اٹੈਂਡੈਂਟ ਸੋ ਜਿਹੜਾ ਮਰੀਜ਼ ਨੂੰ ਸਮੇਂ ਸਿਰ ਦਵਾਈਆਂ ਦੇਣੀਆਂ ਹੁੰਦੀਆਂ ਇਹ ਹੁੰਦਾ ਨੰਬਰ 1 ਸਟਾਫ ਨਰਸ ਦਾ ਕੰਮ ਹੁੰਦਾ ਠੀਕ ਹੈ ਜੀ ਸੋ ਕੁਐਸਚਨ ਨੰਬਰ 26 ਹਾਂਜੀ ਦਿਲ ਦੇ ਦੌਰੇ ਦੌਰਾਨ ਮੈਡੀਕਲ ਐਮਰਜੈਂਸੀ ਲੈ ਜਾਣ ਦਾ ਰੰਗ ਕੋਡ ਕੀ ਹੈ ਸੋ ਆਪਸ਼ਨ ਤੁਹਾਡੇ ਸਾਹਮਣੇ ਨੇ ਨੰਬਰ 1 ਲਾਲ ਨੰਬਰ 2 ਚਿੱਟਾ ਨੰਬਰ 3 ਹਰਾ ਜਾਂ ਨੰਬਰ 4 ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 1 ਯਾਨੀ ਕਿ ਲਾਲ ਜਦੋਂ ਦਿਲ ਦੇ ਦੌਰੇ ਦੌਰੇ ਦੌਰਾਨ ਮੈਡੀਕਲ ਐਮਰਜੈਂਸੀ ਲੈ ਕੇ ਜਾਂਦੇ ਆ ਤਾਂ ਉਸ ਦਾ ਕੋਡ ਹੁੰਦਾ ਲਾਲ ਰੰਗ ਠੀਕ ਹੈ ਜੀ ਸੋ ਵਧਦੇ ਆ ਕੁਐਸਚਨ ਨੰਬਰ 27 ਵਾਲ ਮਰੀਜ਼ ਦੇ ਆਲੇ ਦੁਆਲੇ ਦਾ ਵਾਤਾਵਰਣ ਕਿਹੋ ਜਿਹਾ ਹੋਣਾ ਚਾਹੀਦਾ ਹੈ ਨੰਬਰ 1 ਵਿਰੋਧੀ ਨੰਬਰ 2 ਆਰਾਮਦਾਇਕ ਨੰਬਰ 3 ਸ਼ੱਕੀ ਨੰਬਰ 4 ਉਪਰੋਕਤ ਸਾਰੇ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ 2 ਆਰਾਮਦਾਇਕ ਹਾਂਜੀ ਕੁਐਸਚਨ ਨੰਬਰ 28 ਮਰੀਜ਼ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਕਿਹੜਾ ਸਰਟੀਫਿਕੇਟ ਲੈਣਾ ਚਾਹੀਦਾ ਹੈ ਏ ਕੁਐਸਚਨ ਵੀ ਕਈ ਕਾਫੀ ਵਾਰ ਪੇਪਰਾਂ ਦੇ ਵਿੱਚ ਰਿਪੀਟ ਹੁੰਦਾ ਚਾਹੇ ਵਾਰਡ اٹੈਂਡੈਂਟ ਮਲਟੀਪਲ ਹੈਲਥ ਵਰਕਰ ਏ ਐਨ ਐਮ ਇਹਨਾਂ ਕੁਐਸਚਨਾਂ 'ਚ ਕਾਫੀ ਵਾਰ ਆਉਂਦਾ ਕੁਐਸਚਨ ਸੋ ਮੋਸਟ ਇੰਪੋਰਟੈਂਟ ਹੈ ਜੀ ਨੰਬਰ 1 ਜਨਮ ਸਰਟੀਫਿਕੇਟ ਨੰਬਰ 2 ਹਸਪਤਾਲ ਸਰਟੀਫਿਕੇਟ ਨੰਬਰ 3 ਮੌਤ ਦਾ ਸਰਟੀਫਿਕੇਟ ਨੰਬਰ 4 ਉਪਰੋਕਤ ਸਰਟੀਫਿਕੇਟਸ ਉਪਰੋਕਤ ਸਾਰੇ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਮੌਤ ਤੋਂ ਬਾਅਦ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਹਸਪਤਾਲ ਤੋਂ ਮੌਤ ਦਾ ਸਰਟੀਫਿਕੇਟ ਡੈਥ ਸਰਟੀਫਿਕੇਟ ਲੈਣਾ ਜ਼ਰੂਰੀ ਹੁੰਦਾ ਹੈ ਹਾਂਜੀ ਕੁਐਸਚਨ ਨੰਬਰ ਭਾਰਤ ਵਿੱਚ ਪਹਿਲਾ ਕਰੋਨਾ ਦਾ ਮਰੀਜ਼ ਕਿਸ ਰਾਜ ਵਿੱਚ ਆਇਆ ਸੀ? ਆਪਸ਼ਨ ਤੁਹਾਡੇ ਸਾਹਮਣੇ ਆ ਨੰਬਰ 1 ਬੰਗਾਲ, ਨੰਬਰ 2 ਕੇਰਲ, ਨੰਬਰ 3 ਬਿਹਾਰ ਜਾਂ ਨੰਬਰ 4 ਮੱਧ ਪ੍ਰਦੇਸ਼। ਸੋ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਭਾਰਤ ਵਿੱਚ ਜਿਹੜਾ ਪਹਿਲਾ ਕਰੋਨਾ ਦਾ ਪੇਸ਼ੈਂਟ ਸੀ ਕੇ ਸੀ ਉਹ ਕੇਰਲ ਵਿੱਚ ਆਇਆ ਸੀ। ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ। ਹਾਂਜੀ ਕੁਐਸਚਨ ਨੰਬਰ 30. ਬਲੱਡ ਗਰੁੱਪ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਆਪਸ਼ਨ ਨੰਬਰ 1 ਤਿੰਨ অপশন নাম্বার 2 4 অপশন নাম্বার 3 5 ਜਾਂ অপশন নাম্বার 4 7 ਸੋ ਜਿਹੜੇ ਬਲੱਡ ਗਰੁੱਪ ਆ ਜੀ ਇਹ 4 ਤਰ੍ਹਾਂ ਦੇ ਹੁੰਦੇ ਆ ਠੀਕ ਹੈ ਜੀ ਕਿਹੜੇ ਕਿਹੜੇ ਹੁੰਦੇ ਆ ਜੀ A ਪੋਜ਼ A AB AB ਅਤੇ O ਠੀਕ ਹੈ ਜੀ ਸੋ 4 ਤਰ੍ਹਾਂ ਦੇ ਬਲੱਡ ਗਰੁੱਪ ਹੁੰਦੇ ਆ ਸੋ ਇਸ ਦੇ ਨਾਲ ਹੀ ਆਪਣੀ ਅੱਜ ਦੀ ਇਹ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਆ। ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਸੋ ਮਿਲਦੇ ਆਂ ਜੀ ਫਿਰ ਕੱਲ ਨੈਕਸਟ ਵੀਡੀਓ ਦੇ ਵਿੱਚ ਨਵੇਂ ਕੁਐਸਚਨਸ ਐਡ ਕਰਕੇ। ਸੋ ਕਾਫੀ ਸਾਰੇ ਬੱਚੇ ਕਹਿੰਦੇ ਹੁੰਦੇ ਆ ਕਿ ਵੱਧ ਕੁਐਸਚਨ ਕਰਾਇਆ ਕਰੋ। ਸੋ ਜਿਉਂ-ਜਿਉਂ ਪੇਪਰ ਆਪਾਂ ਵੱਧ ਹੀ ਕਰਵਾਵਾਂਗੇ ਹੁਣ ਠੀਕ ਹੈ ਜੀ। ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਤੇ ਸਟਾਫ ਨਰਸ ਦੀ ਤਿਆਰੀ ਆਪਣੇ ਦੂਸਰੇ ਚੈਨਲ ਨਰਸਿੰਗ ਕੈਰੀਅਰ ਤੋਂ ਕਰਨੀ ਨਾ ਭੁੱਲਿਓ। ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ